ਅਸਲਾਮ ਅਲੈਕੁਮ ਨਾਜ਼ਰੀ, ਮੈਂ ਹਾਂ ਮੁਸਲਮਾਨ ਵਾਲੀ ਬੈਟੀ ਫਰੋਮ ਪੰਜਾਬ ਤੇ। ਕੀ ਹਾਲ ਚਾਲ ਨੇ ਜਨਾਬ? ਅੱਜ ਤੁਹਾਨੂੰ ਚਿਕਨ ਦੀ ਸੈਲ ਕਰਵਾਉਣੇ ਪੈਣ, ਗੋਸ਼ਤ ਹੋਇਆ ਕੱਟੇ ਦਾ, ਦੇਸੀ ਗੋਸ਼ਤ ਨੇ ਜਨਾਬ ਵਾਲੇ ਗੋਸ਼ਤ ਕਰ ਰਹੇ ਨੇ। ਮਾਸ਼ਾਅੱਲਾ, ਇਹਨਾਂ ਦੇ ਦੋ ਅੱਡੇ ਹੈ ਜਨਾਬ, ਦੇਸੀ ਮਾਹੌਲ ਹੈ ਜਨਾਬ, ਜਗ੍ਹਾ ਬੂਟਾ ਅਤੇ ਜਨਾਬ ਕੱਢੀ ਜਾ ਰਹੇ ਨੇ ਗੋਸ਼ਤ। ਕੱਟਾ 5 ਮਾਈਲ ਦਾ ਜਨਾਬ ਕੱਟਾ ਇਹਨਾਂ ਕੀਤਾ ਅੱਜ, ਅਤੇ ਦੋ ਅੱਡੇ ਨੇ ਜਨਾਬ, ਉਹ ਵੀ ਪਰਨਾ ਦਾ ਵੀ ਇਹਨਾਂ ਦਾ ਉਹ ਸਾਹਮਣੇ ਗੋਸ਼ਤ ਹੋਇਆ, ਅਤੇ ਆਹ ਵੀ ਇਹਨਾਂ ਦਾ ਜਨਾਬ। ਅਤੇ ਸਾਡਾ ਤੁਸੀਂ ਚੈਨਲ ਵੇਖਦੇ ਭਾਈ ਪੰਜਾਬ ਪਾਕਿਸਤਾਨ ਜਿੰਦਾਬਾਦ, ਅਤੇ ਤੁਹਾਨੂੰ ਵੀਡੀਓ ਬਹਾਣੇ ਪਏ ਜਨਾਬ। ਇਸ ਵਕਤ ਤਾਜ਼ਾ ਗੋਸ਼ਤ ਹੋਇਆ ਹੈ, ਅਤੇ ਇਹ ਵਿਲੇਜ ਵਾਲੇ ਮਾਹੌਲ ਤੁਹਾਨੂੰ ਕਿਤੋਂ ਵੀ ਨਹੀਂ ਮਿਲਣ ਵਾਲੇ, ਵਿਲੇਜ ਦਾ ਗੋਸ਼ਤ ਹੈ ਜਾਂ ਕਿਤੋਂ ਵੀ ਨਹੀਂ ਮਿਲਣ ਵਾਲਾ। ਦੇਸੀ ਗੋਸ਼ਤ ਹੈ ਜਨਾਬ, ਦੇਸੀ ਕਿਹਨੂੰ ਕਹਿੰਦੇ ਆ ਉਹ, ਅਤੇ ਡੰਗਰ ਨੂੰ ਪੱਠੇ ਪੁੱਠੇ ਪਾ ਕੇ ਚਾਰਾ ਖਵਾ ਕੇ ਉਹ, ਇਹ ਕੋਈ ਫਾਰਮਿੰਗ ਗੋਸ਼ਤ ਨਹੀਂ ਹੈ। ਤੁਹਾਨੂੰ ਪਤਾ ਕਿ ਡੰਗਰਾਂ ਦਾ ਵੀ ਫਾਰਮਿੰਗ ਗੋਸ਼ਤ ਆਉਂਦਾ ਪਿਆ, ਅਤੇ ਇਹ ਦੇਸੀ ਹੈ, ਅਤੇ ਇੱਕ ਸਾਈ ਬੜੇ ਮਸ਼ਹੂਰ ਨੇ ਸਾਡੇ ਇਲਾਕੇ ਦੇ, ਗਾਲਾਂ ਦੇ ਵਿੱਚ ਵੀ ਬੜੇ ਮਸ਼ਹੂਰ ਨੇ, ਅਤੇ ਗਾਲ ਵੀ ਜ਼ਮਾਨੇ ਦੀ ਉਹ ਜਿਹੀ ਜੀ ਕੱਢਦੇ ਨੇ ਗਾਹਕ ਨੂੰ, ਕਿ ਗਾਹਕਾਂ ਦਾ ਮੁਤਮੇਨ ਹੋਏ ਨੇ ਇਹਨਾਂ ਦੇ ਪੂਰੇ, ਅਤੇ ਗਾਹਕਾਂ ਨੂੰ ਇਹਨਾਂ ਨਾਲ ਉਂਝ ਹੀ ਪਿਆਰ ਹੈ, ਉਹ ਆਉਂਦੇ ਨਹੀਂ ਹੈ ਅਤੇ ਯੇ ਹੈ ਅਤੇ ਵੋ ਹੈ, ਅਤੇ ਓਕੇ, ਅੱਲਾਹ ਹਾਫਿਜ਼। ਲਾਈਕ ਸ਼ੇਅਰ ਕਮੈਂਟ ਕਰੋ।